ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਪਹਿਲਾਂ ਪੰਜਾਬ ਦੇ ਵਿੱਚੋਂ ਇਹ ਚੱਲਿਆ ਹੋਇਆ ਅੰਦੋਲਨ ਲਗਾਤਾਰ ਦਿੱਲੀ ਵਿਖੇ ਜਿਹੜੇ ਪੱਕੇ ਮੋਰਚੇ ਕਿਸਾਨਾਂ ਵੱਲੋਂ ਲਗਾ ਲਏ ਨੇ ਬਾਕੀ ਸੂਬਿਆਂ ਦੇ ਕਿਸਾਨ ਬਾਕੀ ਜਥੇਬੰਦੀਆਂ ਵੀ ਜਿਹੜੀਆਂ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਇਸ ਸੰਘਰਸ਼ ਦੇ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਬਜ਼ੁਰਗ ਔਰਤਾਂ ਸਮੂਲੀਅਤ ਕਰ ਰਹੀਆਂ ਨੇ ਨੌਜਵਾਨ ਵੀ ਇਸ ਵਾਰ ਜਿਹੜਾ ਵੱਡੀ ਗਿਣਤੀ ਵਿੱਚ ਕੁਦ ਰਹੇ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਮੈਂ ਦਿਖਾਉਂਗਾ ਦਿੱਲੀ ਟਿਕਰੀ ਬਾਰਡਰ ਦੇ ਆ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਪੱਕੇ ਮੋਰਚੇ ਲਗਾ ਕੇ ਸਾਰਾ ਜਿਹੜਾ ਲੰਗਰ ਵੀ ਖੁੱਦ ਜਿਹੜੇ ਆਪਣੇ ਇੱਥੇ ਤਿਆਰ ਕੀਤੇ ਜਾ ਰਹੇ ਨੇ ਕਿਉਂਕਿ ਬਜ਼ੁਰਗ ਮਾਤਾ ਵੀ ਇਸ ਧਰਨੇ ਦੇ ਵਿੱਚ ਪਹੁੰਚਿਆ ਹੋਏ ਨੇ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਰੋਸ ਵਧਦਾ ਜਾ ਰਿਹਾ ਪਰ ਦੂਜੇ ਪਾਸੇ ਸਰਕਾਰ ਜਿਹੜੀ ਕੁੰਭਕਰਨੀ ਨਹੀਂ ਸੁੱਤੀ ਪਈਆ ਕਾਰਪੋਰੇਟ ਘਰਾਣਿਆਂ ਨੂੰ ਪ੍ਰਮੋਟ ਕਰਨ ਤੇ ਲੱਗੀ ਹੋਈ ਆ ਇਹ बार-बार ਕਿਸਾਨ ਸਰਕਾਰ ਨੂੰ ਕਹਿ ਰਹੇ ਨੇ ਸਰਕਾਰ ਦੇ ਨਾਲ ਆਰ ਪਾਰ ਦੀ ਜਿਹੜੀ ਲੜਾਈ ਕਿਸਾਨਾਂ ਨੇ ਬਿੱਡੀ ਹੋਈ ਆ ਇਹ ਲਗਾਤਾਰ ਚੱਲੀ ਦੀ ਜਾ ਰਹੀ ਆ ਕਈ ਵਾਰੀ ਮੀਟਿੰਗਾਂ ਹੋਈਆਂ ਪਰ ਕੋਈ ਸਿੱਟਾ ਨਹੀਂ ਨਿਕਲਿਆ ਸਾਡੇ ਨਾਲ ਕਿਸਾਨ ਆਗੂ ਨੇ ਗੱਲ ਕਰ ਲਵਾਂਗੇ ਕਿਸਾਨ ਆਗੂਆਂ ਦੇ ਨਾਲ ਕਿ ਕਿਸ ਤਰ੍ਹਾਂ ਦੀ ਜਿਹੜੀ ਅਗਲੀ ਰਣਨੀਤੀ ਤੈਅ ਕੀਤੀ ਹੋਈ ਆ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਹਿਲਾਂ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਹੁਣ ਦਿੱਲੀ ਵੀ ਆਟ ਕੇ ਆ ਕੇ ਬੈਠ ਕੇ ਬਾਕੀ ਸੂਬੇ ਵੀ ਤੁਹਾਡੇ ਨਾਲ ਜਿਹੜਾ ਸੰਘਰਸ਼ ਕਰ ਰਹੇ ਨੇ ਹਾਲੇ ਤੱਕ ਸਰਕਾਰ ਜਿਹੜੀ ਟਾਸ ਤੋਂ ਮਸ ਨਹੀਂ ਹੋ ਰਹੀ ਇਹ ਸਰਕਾਰਾਂ ਨੇ ਜਿਹੜੀਆਂ ਇਹ ਕਾਰਪੋਰੇਟ ਘਰਾਣਿਆਂ ਦੇ ਨੇ ਨਾ ਕਿ ਸਾਡੀਆਂ ਕਿਸਾਨਾਂ ਦੀਆਂ ਨੇ ਅਸੀਂ ਲਗਾਤਾਰ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਫਿਰ ਸਾਡੀ ਕਾਲ ਆਈ 26 ਤਰੀਕ ਤੋਂ ਲੈ ਕੇ ਅਸੀਂ ਲਗਾਤਾਰ 25 26 ਦਿਨ ਹੋ ਗਏ ਅਸੀਂ ਧਰਨੇ ਤੇ ਇੱਥੇ ਦਿੱਲੀ ਦੇ ਵਿੱਚ ਬੈਠੇ ਆ ਲਗਾਤਾਰ ਗੱਲਬਾਤ ਵੀ ਹੋਈ ਸਰਕਾਰ ਦੇ ਨਾਲ ਪਰ ਸਰਕਾਰ ਸਾਡੀ ਗੱਲ ਸੁਣਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੀ ਗੱਲ ਜਿਆਦਾ ਕਹਿ ਰਹੀ ਹੈ ਸਾਡੀ ਗੱਲ ਨੂੰ ਇਗਨੋਰ ਕਰਕੇ ਦੂਜੇ ਜਿਹੜੇ ਇਹ ਐ ਕਹਿੰਦੇ ਨੇ ਇੱਥੇ ਅੱਤਵਾਦੀ ਬੈਠੇ ਨੇ ਕਿਤੇ ਕਹਿੰਦੇ ਨੇ ਵੱਖਵਾਦੀ ਬੈਠੇ ਨੇ ਕਿਸਾਨ ਨੇ ਜਿਹੜੇ ਇਹ ਪੰਜਾਬ ਦੇ ਅਸਲੀ ਕਿਸਾਨ ਨੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਇਹ ਕਿਸਾਨ ਕੋਈ ਇਹੋ ਜਿਹੇ ਨਹੀਂ ਹੈਗੇ ਵੀ ਜਿਹੜੇ ਕੋਈ ਅੱਤਵਾਦੀ ਨੇ ਜਾਂ ਉਹ ਆਪਣੀਆਂ ਖੇਤੀ ਕਰਨ ਵਾਲੇ ਕਿਸਾਨ ਨੇ ਜਿਹੜੇ ਇੱਥੇ ਅਗਰੇ ਤਰਨੇ ਤੇ ਬੈਠੇ ਨੇ ਜੋ ਖੇਤੀ ਵਿਰੋਧੀ ਕਾਨੂੰਨ ਲੈ ਕੇ ਆਏ ਨੇ ਉਹ ਬਾਸ ਕਰਾਉਣ ਵਾਸਤੇ ਜਿਹੜੇ ਇਹ ਦੂਜੇ ਸਟੇਟਾਂ ਦੇ ਵਿੱਚ ਜਿਵੇਂ ਹਮਾਰ ਇਧਰ ਐਮਪੀ ਦੇ ਵਿੱਚ ਇਹਨਾਂ ਨੇ ਬਰਾਂਚਲ ਉਹ ਕੀਤੀ ਹੈਗੀ ਮੀਟਿੰਗਾਂ ਕੀਤੀ ਹੈਗੀ ਉਹਦੇ ਵਿੱਚ ਇਹਨਾਂ ਨੇ ਕਹੀ ਜਾਂਦੇ ਨੇ ਅਸਲੀ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਅਸਲੀ ਕਿਸਾਨ ਤਾਂ ਦਿੱਲੀ ਦੇ ਵਿੱਚ ਬੈਠੇ ਨੇ ਸਾਰੀਆਂ ਸਟੇਟਾਂ ਦੇ ਕਿਸਾਨ ਦਿੱਲੀ ਦੇ ਵਿਚਾਰ ਰਹੇ ਨੇ ਵੱਧ ਚੜ ਕੇ ਹੋਰ ਸਟੇਟਾਂ ਵੀ ਹਿੱਸਾ ਪਾ ਰਹੀਆਂ ਨੇ ਖਾਸ ਕਰਕੇ ਪੰਜਾਬ ਤੇ ਹਰਿਆਣਾ ਦਾ ਵੱਧ ਹਿੱਸਾ ਹੈਗਾ ਦੂਜੀਆਂ ਸਟੇਟਾਂ ਵੀ ਉੱਠ ਖੜੀਆਂ ਉਹਨਾਂ ਨਾਲ ਹੁਣ ਸਾਡੇ ਨਾਲ ਉਹ ਵੀ ਜੁੜ ਗਈਆਂ ਨੇ ਸਟੇਟਾਂ ਇਹਦੇ ਨਾਲ ਸੰਘਰਸ਼ ਸਾਡਾ ਹੋਰ ਤਿੱਖਾ ਹੋਊਗਾ ਅਸੀਂ ਲੰਮਾ ਸੰਘਰਸ਼ ਬਣ ਕੇ ਆਇਆ ਅਸੀਂ ਤਾਂ 6 ਮਹੀਨੇ ਦਾ ਰਸਣ ਲੈ ਕੇ ਆਇਆ 6 ਮਹੀਨੇ ਬਾਅਦ ਫੇਰ ਕਣਕਾ ਜੂ ਫੇਰ ਰਸਣ ਆ ਜੂ ਅਸੀਂ ਉਹਨਾਂ ਚ ਵਾਪਸ ਨਹੀਂ ਜਾਵਾਂਗੇ ਜਿੱਨਾਂ ਚ ਰਹੇ ਸਾਡੇ ਕਾਨੂੰਨ ਵਾਪਸ ਨਹੀਂ ਲੈਂਦੇ ਇਹ ਬਿੱਲ ਵਾਪਸ ਨਹੀਂ ਲੈਂਦੇ ਉਹਨਾਂ ਚ ਬੱਚਾ ਬੱਚਾ ਛੋੜਾ ਦਿੱਲੀ ਪਹੁੰਚਿਆ ਹੋਇਆਗਾ ਚਾਹੇ ਬਜ਼ੁਰਗ ਹੋਣ ਨੌਜਵਾਨ ਹੋਣ ਠੰਡ ਦੇ ਮੌਸਮ ਦੇ ਵਿੱਚ ਲੀਡਰ ਅੰਦਰੋਂ ਬਾਹਰ ਨੇ ਨਿਕਲ ਰਹੇ ਕਿ ਇਹਨਾਂ ਨੂੰ ਦਿਖ ਨਹੀਂ ਰਿਹਾ ਵੀ ਕਿਸਾਨ ਲਗਾਤਾਰ ਇੱਥੇ ਠੰਡ ਦੇ ਵਿੱਚ ਮਰ ਰਹੇ ਨੇਗੇ ਇਹਨਾਂ ਨੂੰ ਦਿਸਦਾ ਨਹੀਂਗਾ ਇਹਨਾਂ ਨੂੰ ਕਾਰਪੋਰੇਟ ਕਰਾਉਣੇ ਦੇ ਹਿੱਤ ਦਿਸਦੇ ਆ ਅਸੀਂ ਕਿਸਾਨ ਨਹੀਂ ਦਿਸਦੇ ਵੀ ਠੰਡ ਦੇ ਵਿੱਚ ਮਰ ਰਹੇ ਨੇ ਸਾਡੀਆਂ ਵੋਟਾਂ ਲੈ ਕੇ ਇਹ ਰਾਜ ਰਾਜ ਕਰਦੇ ਆਗੇ ਸਾਤ ਸਾਤੋਂ ਵੋਟਾਂ ਲੈ ਕੇ ਇਹ ਸਾਰਾ ਕੁਝ ਕਰਦੇ ਆਗੇ ਉਦੋਂ ਬਾਅਦ ਸਾਡਾ ਕੁਝ ਨਹੀਂ ਕਰਦੇ ਸਾਡੇ ਵਾਸਤੇ ਇਹ ਕਹਿ ਰਹੇ ਨੇਗੇ ਵੀ ਇਹ ਜਿਹੜੇ ਚੰਗੇ ਨੇ ਕਾਨੂੰਨ ਪਰ ਅਸੀਂ ਜਦੋਂ ਖਾਰਜੀ ਕਰਦੇ ਆਗੇ ਇਹ ਕਹਿੰਦੇ ਨੇ ਐਮੈਂਡਮੈਂਟ ਕਰ ਲੈਣੇ ਆ ਜਦੋਂ ਖਾਲੀ ਡੱਬੇ ਤੋਂ ਅਸੀਂ ਕੀ ਕਰਾਉਣਾਗਾ ਅਮੈਂਡਮੈਂਟ ਕਰਕੇ ਦਾ ਬਿਲਾਂ ਦੇ ਵਿੱਚੋਂ ਕਹਿੰਦੇ ਬਿਲ ਤਾਂ ਰਹਿਣ ਦਿਓ ਜਿਹੜੀਆਂ ਮੱਦਾਂ ਨੇ ਸਾਰੀਆਂ ਖਤਮ ਕਰ ਦਿੰਦੇ ਆ ਪਰ ਜਦੋਂ ਸਾਰੀਆਂ ਮੱਦਾਂ ਹੀ ਖਤਮ ਕਰਤੀਆਂ ਉਸ ਤੋਂ ਬਾਅਦ ਖਾਲੀ ਡੱਬੇ ਤੋਂ ਅਸੀਂ ਕਰਉਣਾ ਜਦੋਂ ਮਠਿਆਈ ਕੱਢ ਲਈ ਡੱਬੇ ਦੇ ਵਿੱਚੋਂ ਖਾਲੀ ਡੱਬਾ ਰੂੜੀ ਤੇ ਫੈਂਕ ਦੇਣਾ ਚਾਹੀਦਾ ਇਹਨਾਂ ਨੂੰ ਸਾਰੇ ਬਿਲ ਵਾਪਸ ਲੈਣੇ ਚਾਹੀਦੇ ਨੇਗੇ ਕਿਸਾਨ ਕਿਹੋ ਜਿਹਾ ਚਾਹੁੰਦੇ ਆ ਵੀ ਕਿਸਾਨ ਖੁਸ਼ਹਾਲ ਹੋ ਜਾ ਲਗਾਤਾਰ ਦੇਖੋ ਸਰਕਾਰਾਂ ਬਦਲੀ ਗਈਆਂ ਕਿਸਾਨ ਦੇ ਸਰ ਲਗਾਤਾਰ ਕਰਜ਼ਾ ਵਧਦਾ ਗਿਆ ਕੀ ਕਾਨੂੰਨ ਚਾਹੁੰਦੇ ਆ ਕਿਸਾਨ ਵੀ ਕਿਸਾਨ ਖੁਸ਼ਹਾਲ ਵੀ ਹੋ ਜਾ ਤੇ ਕਰਜ਼ਾ ਵੀ ਜਿਹੜਾ ਲੈ ਜੇ ਕਿਸਾਨ ਤਾਂ ਖੁਸ਼ਹਾਲ ਜੇ ਸੁਆਮੀ ਨਾਥਨ ਰਿਪੋਰਟ ਲ ਤਾ ਖੁਸ਼ਾਲ ਹੋ ਸਕਦੇ ਆ ਮਾੜਾ ਮੋਟਾ ਜਿਹੜੇ ਕਰਜ਼ੇ ਨੇ ਕਿਸਾਨਾਂ ਦੇ ਉਹ ਮaaf ਕੀਤੇ ਜਾਣ ਕਿਸਾਨਾਂ ਇਹ ਕਾਰਪੋਰੇਟ ਘਰਾਣਿਆਂ ਦੇ ਤਾਂ ਆਹ ਲੋਕਡਾਊਨ ਦੇ ਵਿੱਚ ਵਿੱਚ ਹੀ ਕਿੰਨੇ ਕਿੰਨੇ ਕਰਜ਼ੇ ਮaaf ਕਰਤੇ ਕਿਸਾਨ ਦੀ ਇੱਕ ਫੁੱਟੀ ਕਾਉਡੀ ਮaaf ਨਹੀਂ ਕੀਤੀ ਇਹਨਾਂ ਨੇ ਇਹਨਾਂ ਨੇ ਜੇ ਕਿਸਾਨਾਂ ਦੇ ਕਰਜ਼ੇ ਮaaf ਕਰਨ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਇਹ ਸਰਕਾਰ ਬਣਾਉਣ ਵੇਲੇ ਤਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਇਹ 77 ਸਾਲ ਤੋਂ ਲੈ ਕੇ ਸਾਡੇ ਨਾਲ ਧੋਖਾ ਹੁੰਦਾ ਆ ਰਿਹਾ ਚਾਹੇ ਕਿਸੇ ਦੀ ਸਰਕਾਰ ਹੋਵੇ ਕਾਂਗਰਸ ਦੀ ਹੋਵੇ ਭਾਜਪਾ ਦੀ ਹੋਵੇ ਪਰ ਉਹ ਤੋਂ ਸਾਨੂੰ ਹਾਥੀਦਾਨ ਦਿਖਾਉਣ ਦੇ ਹੋਰ ਨੇ ਖਾਣ ਦੇ ਹੋਰ ਨੇਗੇ ਜਦੋਂ ਸਾਥੋਂ ਵੋਟਾਂ ਲੈ ਲੈਂਦੇ ਨੇ ਪਹਿਲਾਂ ਮੋਦੀ ਨੇ ਵਿੱਚ ਕੁਰੀ ਇਹ ਵਾਅਦੇ ਕਰਕੇ ਵੋਟਾਂ ਲੈਂਤੀਆਂ ਕਿ ਸ਼ਾਮੀਨਾਸ ਦੀ ਰਿਪੋਰਟ ਲਾਗੂ ਕਰਾਂਗੇ ਪਰ ਇਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ ਕਿਸਾਨਾਂ ਤੇ ਹੋਰ ਆ ਕਾਨੂੰਨ ਥੋਪ ਕੇ ਕਿਸਾਨਾਂ ਤੇ ਹੋਰ ਜਿਆਦਾ ਭਾਰ ਪਾਉਣ ਦੀ ਕੀਤੀ ਖੁੱਲੀ ਮੰਡੀ ਚ ਤੱਕ ਕੇ ਕਿਸਾਨਾਂ ਨੂੰ ਜਿਹੜੇ ਜਨਸ਼ਾ ਦੇ ਮਾੜੇ ਮੋٹے ਰੇਟ ਮਿਲਦੇ ਨੇ ਉਹ ਵੀ ਸਾਨੂੰ ਵਾਪਸ ਲੈਣ ਪਹਿਲਾਂ ਵੀ ਸਰਕਾਰਾਂ ਕਈ ਆਈਆਂ ਲਾਰੇ ਲਾਈ ਗਈਆਂ ਨੇ ਕਿਸਾਨਾਂ ਨੂੰ ਹੁਣ ਫੇਰ ਵੋਟਾਂ ਆਣਗੀਆਂ ਦੁਬਾਰਾ ਫੇਰ ਹੁਣ ਜਿਹੜੀਆਂ ਪਾਰਟੀਆਂ ਕਰ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਹੱਕ ਚਾ ਕੀ ਲੱਗਦਾ ਥੋੜੇ ਸਿਆਸਤ ਹੋ ਰਹੀ ਆ ਕਿਸਾਨਾਂ ਤੇ ਜਾਂ ਤੁਹਾਡੇ ਹੱਕ ਦੀ ਗੱਲ ਕਰ ਰਹੀਆਂ ਨੇ ਅਸੀਂ ਤਾਂ ਸੰਘਰਸ਼ਾਂ ਦੇ ਜ਼ੋਰ ਤੇ ਜਿਹੜਾ ਕੁਝ ਲੈਣਿਆ ਸੰਘਰਸ਼ਾਂ ਦੇ ਜ਼ੋਰ ਤੇ ਲੈਣਿਆ ਸਰਕਾਰ ਤੁਹਾਨੂੰ ਦੱਸੀ ਜਾਂਦਾ ਵੀ 77 ਸਾਲ ਹੋ ਗਏ ਸਰਕਾਰਾਂ ਸਾਡੇ ਪੱਖ ਦੀ ਕੋਈ ਗੱਲ ਨਹੀਂ ਕਰਦੀਆਂ ਸਰਕਾਰਾਂ ਇਹ ਸਾਡੇ ਪੱਖ ਦੀ ਗੱਲ ਨਹੀਂ ਕਰਦੀਆਂ ਬਿਲਕੁਲ ਸੱਚ ਨਾਲ ਕਿ ਨੌਜਵਾਨ ਵੀ ਹੈਗਾ ਇੱਥੇ ਜੋ ਧਰਨੇ 'ਚ ਪਹੁੰਚਿਆ ਨੌਜਵਾਨ ਵੱਡੀ ਗਿਣਤੀ 'ਚ ਇਸ ਵਾਰ ਜਿਹੜਾ ਧਰਨੇ 'ਚ ਦੇਖਣ ਨੂੰ ਮਿਲਿਆ ਪਹਿਲਾਂ ਬਹੁਤ ਘੱਟ ਕੀ ਕਹੋਗੇ ਲਗਾਤਾਰ ਸੰਘਰਸ਼ ਜਿਹੜਾ ਵੱਧਦਾ ਜਾ ਰਿਹਾ ਵੈਸੇ ਮੋਦੀ ਨੇ ਕੰਮ ਚੰਗਾ ਕੀਤਾ ਜਿਹਦੇ ਨਾਲ ਸਾਡੀ ਪੰਜਾਬ ਦੀ ਨੌਜਵਾਨੀ ਜਾਗ ਪਈ ਠੀਕ ਹੈ ਅਸੀਂ ਜਾਗਰੂਤ ਹੋ ਗਏ ਵੀ ਅਸੀਂ ਇਕੱਠੇ ਕਿਵੇਂ ਰਹਿਣਾ ਸਾਨੂੰ ਸਾਡੇ ਲੀਡਰਾਂ ਨੇ ਸਾਡੇ ਨਾਲ ਤਾਂ ਸਾਡੇ ਪੰਜਾਬ ਦੇ ਲੀਡਰਾਂ ਨੇ ਮਾਰੀ ਕੀਤੀ ਹੈ ਜਿਨ੍ਹਾਂ ਨੇ ਸਾਨੂੰ ਵੇਚਿਆ ਸਾਨੂੰ ਇਹ ਚੀਜ਼ਾਂ ਬਾਰੇ ਇੰਨੀ ਨੌਲੇਜ ਨਹੀਂ ਸੀਗੀ ਹੁਣ ਸਾਨੂੰ ਪਤਾ ਲੱਗ ਗਿਆ ਹਜੇ ਸਾਡੇ ਪੰਜਾਬ ਦਾ 10% ਹਿੱਸਾ ਵੀ ਨਹੀਂ ਆਇਆ ਪ੍ਰੋਪਰ ਜੇ ਅਸੀਂ ਇੱਥੇ ਪਹੁੰਚ ਗਏ ਤਾਂ ਕੁਝ ਵੀ ਕਰ ਸਕਦੇ ਹਾਂ ਇੱਕੋ ਹੀ ਬੇਨਤੀ ਹੈ ਮੋਦੀ ਨੂੰ ਵੀ ਉਹ ਇਹ ਚੀਜ਼ ਨੂੰ ਸਮਝ ਲੇ ਵੀ ਜੇ ਪੰਜਾਬ ਆਪ ਦੀ ਆਈ ਤੇ ਆ ਜਾਂਦਾ ਤਾਂ ਕੀ ਕਰ ਸਕਦਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਲਗਾਤਾਰ ਸੰਘਰਸ਼ ਵਾਦਾ ਜਾ ਰਿਹਾ ਪੰਜਾਬ ਤੋਂ ਚੱਲਿਆ ਹੋਇਆ ਅੰਦੋਲਨ ਇਹ ਪੂਰੇ ਦੇਸ਼ਾਂ ਦੇਸ਼ਾਂ ਚ ਪਹੁੰਚ ਗਿਆ ਫਿਰ ਵੀ ਮੰਨਣ ਨੂੰ ਕਿਉਂ ਨਹੀਂ ਤਿਆਰ ਹੈਗਾ ਕਿਉਂ ਨਹੀਂ ਮੰਨਦਾ ਜਦੋਂ ਕਾਨੂੰਨ ਇਹ ਫਿੱਟ ਨਹੀਂ ਮੰਨਦੇ ਹੈਗੇ ਕਿਸਾਨ ਇਹ ਚੀਜ਼ ਹੈ ਵਿਕੇ ਹੋਏ ਨੇ ਉਹ ਇੱਕ ਤਾਂ ਬੰਦੇ ਦੀ ਜ਼ਮੀਰ ਹੁੰਦੀ ਹੈ ਜਿਹੜੀ ਜਾਗਦੀ ਹੁੰਦੀ ਹੈ ਪਰ ਜਿਹਦੀ ਜ਼ਮੀਰ ਵਿਕ ਜਾਂਦੀ ਹੈ ਉਹਨੂੰ ਕੁਝ ਨਹੀਂ ਚੰਗਾ ਲੱਗਦਾ ਜੇ ਤੁਹਾਡੇ ਪਿੱਛੇ ਪਰਿਵਾਰ ਹੋਊਗਾ ਸੋਨੂੰ ਤਾਂ ਲਾਨ ਤਾਂ ਪੈਣਗੀਆਂ ਸੋਚੋਗੇ ਇਹਨਾਂ ਦੇ ਪਿੱਛੇ ਪਰਿਵਾਰ ਨਹੀਂ ਜੱਟ ਜ਼ਿਮੀਦਾਰ ਜੇ ਕੋਈ ਇਹ ਚੀਜ਼ ਦੇ ਵਿੱਚ ਆਵੇ ਉਹਨੂੰ ਪਤਾ ਹੁੰਦਾ ਉਹਦੇ ਪਿੰਡ ਦਾ ਪਿੱਛੋਂ ਪ੍ਰੈਸ਼ਰ ਹੁੰਦਾ ਹੈ ਉਹਦੇ ਪਰਿਵਾਰ ਦਾ ਹੁੰਦਾ ਹੈ ਤਾਂ ਸਮਝ ਜਾਂਦਾ ਹੈ ਇਹ ਸਮਝਣ ਵਾਲੀ ਸਾਈਡ ਤੀ ਨਹੀਂ ਹੈਗੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਜੇ ਤਾਂ ਇਹਨਾਂ ਦੇ ਪਿੱਛੇ ਪਰਿਵਾਰ ਹੋਵੇ ਰਿਸ਼ਤੇਦਾਰ ਹੋਣ ਤਾਂ ਕੋਈ ਸਮਝਾ ਦੇ ਇਹਨਾਂ ਦੇ ਸਿਰ ਤੇ ਭੂਤ ਸਵਾਰ ਹੈਗਾ ਇਹ ਚੀਜ਼ ਦਾ ਲੀਡਰੀ ਦਾ ਗਲਤ ਕਰ ਰਹੇ ਨੇ ਪੰਜਾਬ ਨਾਲ ਇਹਨਾਂ ਨੂੰ ਸੁਧਰ ਜਾਣਾ ਚਾਹੀਦਾ ਜਾਰੀ ਰੱਖੋਗੇ ਅੰਦੋਲਨ ਜਿੰਨਾ ਚਿਰ ਟਾਈਮ ਇਹ ਹੁੰਦਾ ਨਹੀਂ ਫਿਰ ਹਾਂ ਅੰਦੋਲਨ ਸਾਡਾ ਜਾਰੀ ਰਹੂਗਾ ਇਹਦੂ ਭਖਦਾ ਜਾਊ ਅਸੀਂ ਹਜੇ ਵੀ ਉਹ ਚੀਜ਼ ਤੇ ਚੱਲ ਰਹੇ ਹਾਂ ਵੀ ਸ਼ਾਂਤ ਮਈਆ ਮਾਹੌਲ ਦੇ ਵਿੱਚ ਪਰ ਜੇ ਇਦਾਂ ਹੀ ਰਿਹਾ ਸਾਡੇ ਜੋ ਲੀਡਰ ਉੱਪਰਲੇ ਸਾਡੇ ਕਰਨਗੇ ਪ੍ਰਧਾਨ ਸਾਹਿਬਾਨ ਨੇ ਅਸੀਂ ਉਹਨਾਂ ਦੇ ਮਾਗਰਾਂ ਹਜੇ ਸਾਡਾ ਪੰਜਾਬ ਦਾ 10% ਹਿੱਸਾ ਵੀ ਇੱਥੇ ਪਹੁੰਚਿਆ ਨਹੀਂ ਜਿਹੜੀ ਚੀਜ਼ ਮੈਂ ਦੇਖ ਰਿਹਾ ਪੰਜਾਬ ਦਾ 12800 ਪਿੰਡ ਹੈਗਾ ਮੇਰੇ ਹਿਸਾਬ ਵਿੱਚ ਇੱਕ ਪਿੰਡ ਦੇ ਵਿੱਚੋਂ 5-7-7 ਟਰੈਲੀਆਂ ਆਈਆਂ ਨਗੀਆਂ ਠੀਕ ਹੈ ਵੱਧ ਤੋਂ ਵੱਧ 100-100.5 150 ਬੰਦਾ ਆਇਆ ਹੈ ਜੇ ਪ੍ਰੋਪਰ ਅਸੀਂ ਉਸ ਢੰਗ ਤੇ ਆ ਗਏ ਤਾਂ ਦਿੱਲੀ ਨੂੰ ਇਹ ਚੀਜ਼ ਸਮਝ ਲਈ ਮੁਸ਼ਕਲ ਹੋ ਜੂਗੀ ਬਿਲਕੁਲ ਮੈਂ ਮਾਤਾ ਨਾਲ ਵੀ ਗੱਲ ਕਰੂ ਬਜ਼ੁਰਗ ਮਾਤਾ ਵੀ ਇੱਥੇ ਹੈਗੇ ਨਗੇ ਪਹੁੰਚੇ ਹੋਏ ਮਾਤਾ ਜੀ ਦੇਖਿਆ ਮੈਂ ਅਕਸਰ ਤੁਹਾਨੂੰ ਪਹਿਲਾਂ ਵੀ ਧਰਨਾ ਦੇ ਵਿੱਚ ਜਿੱਥੇ ਵੀ ਧਰਨਾ ਕੋਈ ਚੱਲਦਾਗਾ ਉੱਥੇ ਜਾਂਦੇ ਹੋ ਤੁਸੀਂ ਇੱਥੇ ਵੀ ਦਿੱਲੀ ਪਹੁੰਚੇ ਹੋਏ ਹੋਵੋਗੇ ਕਿਉਂ ਨਹੀਂ ਸਰਕਾਰ ਮੰਨ ਰਹੀ ਇਹ ਸਰਕਾਰ ਨੇ ਮਾੜੀਆਂ ਨੀਤੀਆਂ ਲਈਆਂ ਵੀ ਐ ਪੰਜਾਬ 'ਚ ਆਪਾਂ ਨੂੰ 3 ਮਹੀਨੇ ਹੋ ਗਏ ਦਿਖ ਲਗਾਤਾਰ ਲਗਾਤਾਰ ਉੱਥੇ ਜਿਹੜਾ ਆਪਣੀ ਨਹੀਂ ਗੱਲ ਸੁਣੀ ਆਪਾਂ ਦਿੱਲੀ ਆ ਗਏ ਦਿੱਲੀ ਬੈਠੇ ਨੂੰ ਅੱਜ 26-27 ਦਿਨ ਹੋ ਗਏ ਆਪਾਂ ਨੂੰ ਇਹਨੇ ਆਪਣੇ ਤੱਕ ਹਲ ਤੱਕ ਕੋਈ ਗੱਲ ਨਹੀਂ ਪਹਚਾਈ ਆਪਦੇ ਮੀਡੀਆ ਦੀ ਗੱਲ ਤਾਂ ਇਹ ਤਾਂ ਚੱਕਦਾ ਆਪਣੇ ਮੀਡੀਆ ਦੀ ਗੱਲ ਜਮੇ ਨਹੀਂ ਪਹਚਾਉਂਦਾ ਹੈਗਾ ਪੰਜਾਬ 'ਚ ਜੇ ਆਪਣੀ ਗੱਲ ਜਾਵੇ ਤਾਂ ਆਪਣਾ ਪੰਜਾਬ ਪੱਖ ਕੇ ਉਹਦੋਂ ਦੁੱਗਣਾ ਸ਼ਿੰਗਾਰ ਸੁਬਦਾਵੇ ਜੇ ਹੁਣ ਇਹ ਕਹਣ ਵੀ ਉੱਠ ਕੇ ਬਾਗ ਜਾਣਗੇ ਕਿਸਾਨ ਆਪਾਂ ਉੱਠ ਕੇ ਜਮੇ ਨਹੀਂ ਜਾਂਦੇ ਬੱਚੋ ਬੱਚੀ ਲਿਆਵਾਂਗੇ ਇਸ ਟਾਈਮ ਤੇ ਆਪਾਂ ਜਮੀਨੇ ਨਾ ਤੋਂ ਪਿੱਛੇ ਹਟਦੇ ਧਰਨੇ ਤੋਂ ਇੱਥੇ ਹੀ ਰਹਿਾਂਗੇ। ਵਾਦਾ ਕੀਤਾ ਸੀ ਵੋਟਾਂ ਮੇਲੇ ਵੀ ਸਾਰਿਆਂ ਨੂੰ ਖੁਸ਼ਹਾਲ ਕਰ ਦੂੰ ਪੈਸੇ ਪਾ ਦਾਂਗੇ। ਕੀ ਆ ਵਾਦਾ ਕੀਤਾ ਸੀ ਕਿ ਬਜ਼ੁਰਗ ਸੜਕਾਂ ਤੇ ਰੋਲਣਾ ਆ ਕੇ ਤੇ ਤੁਹਾਡੀ ਉਮਰ ਬੈਠਣ ਦੀ ਸੀ ਮੰਨ। ਕਿ ਪਹਿਲਾਂ ਇਹਨੇ ਵਾਦੇ ਕੀਤੇ ਸਾਥੋਂ ਫਾਰਮ ਪਰਭਾਏ ਨੇ ਬੰਦਿਆਂ ਮੁੰਡਿਆਂ ਦੇ ਵੀ ਕਿੱਕ ਜਾਣ ਇਹਨੂੰ ਨੌਕਰੀ ਤੇ 22-2500 ਰੁਪਏ ਜਿਹੜਾ ਨੂੰ ਉਹਨਾਂ ਨੂੰ ਰਜਕਾਰ ਦੇਵਾਂਗੇ। ਇਹਨੇ ਸਾਨੂੰ ਕੀ ਦਿੱਤਾ ਸਾਨੂੰ ਸੜਕਾਂ ਤੇ ਬੈਠਣ ਨੂੰ ਦਿੱਤਾ। ਕੋਈ ਕਿਸੇ ਨੂੰ ਰਿਜਕਾਰ ਨਹੀਂ ਦਿੱਤਾ ਕਿਸੇ ਦਾ ਕੋਈ ਕਰਜ਼ਾ ਮਾਫ ਨਹੀਂ ਕੀਤਾ ਕਿਸੇ ਨੂੰ ਕੋਈ ਹੁਣ ਕੀਤਾ ਕਹਿੰਦੇ ਤੇ ਅਸੀਂ ਪਿਰਸਣਾ ਵਧਾਵਾਂਗੇ ਪਿਰਸਣਾ ਉਹੀ 3300 700 ਦੇ ਕੇ ਉਹੀ ਹੁਣ ਲੋਕਾਂ ਨੇ ਘਰੀ ਸੰਮਣ ਭੇਜੀ ਜਾਂਦੇ ਨੇਗੇ ਤੇ ਇਹਨਾਂ ਨੇ ਆਪ ਦਾ ਕੁਚੌਰੀਆਂ ਪਾ ਲਈ ਆਪਾਂ ਨੂੰ ਕੀ ਦਿੱਤਾ ਆਪਾਂ ਤਾਂ ਸੜਕਾਂ ਤੇ ਬੈਠਣ ਨੂੰ ਦਿੱਤਾ ਜਾਂ ਕਰਜ਼ਾ ਦਿੱਤਾ ਕੋਈ ਕਰਜ਼ੇ ਦੀ ਮਾਫੀ ਨਹੀਂ ਆਈ ਕੋਈ ਕਾਸੀ ਦੀ ਨਹੀਂ ਆਈ ਹੁਣ ਆਪਣਾ ਸੰਘਰਸ਼ ਵਧੂਗਾ ਸਮਾ ਘਟ ਦਾਨ ਹੈਗਾ ਜਿੰਨੀ ਠੰਡ ਵਧੂ ਉਹਨੇ ਕਿਸਾਨ ਆਉਣਗੇ ਇੱਥੇ ਉਹ ਜਿਹਨਾਂ ਕਾਨੂੰਨ ਦੇ ਖਿਲਾਫ ਤੁਸੀਂ ਸੰਘਰਸ਼ ਕਰੀ ਜਨੋਂ ਕਈ ਪਰਿਵਾਰ ਇਹ ਜਿਹਨੇ ਜਿਨ੍ਹਾਂ ਦੇ ਛੋਟੇ ਮੁੰਡੇ ਜਾਂ ਇਕੱਲੇ ਇਕੱਲੇ ਜੀ ਜਿਹੜੇ ਧਰਨਾ ਦੀ ਪੇਟ ਚੱਲ ਰਹੇ ਨੇ ਕਿ ਕਈ ਐਕਸੀਡੈਂਟ ਵੀ ਰਸਤੇ ਚ ਹੋ ਗਏ ਪਰ ਸਰਕਾਰ ਆਪ ਦੀ ਜਿਹੜੀ ਕੁੰਭ ਕਰਨੀ ਨਹੀਂ ਸੁੱਤੀ ਪਈ ਅਜੇ ਲਈ ਇਹਨਾਂ ਨੂੰ ਕੋਈ ਜੇ ਤਾਂ ਇਹਦੇ ਘਰੇ ਕੋਈ ਪਰਿਵਾਰ ਹੋਵੇ ਤਾਂ ਤਾਂ ਇਹਨੂੰ ਫਿਕਰ ਹੋਵੇ ਜੇ ਉਹਨੇ ਕੋਈ ਪਰਿਵਾਰ ਨਹੀਂ ਹੈਗਾ ਇਹਨੂੰ ਵੀ ਫਿਕਰ ਹੋਵੇ ਜੇ ਇਹਦੇ ਘਰ ਵਾਲੀ ਹੋਵੇ ਇਹਨੂੰ ਕਹੇ ਵੀ ਤੂੰ ਇਕੱਲੇ ਜਾਣੇ ਨਹੀਂ ਜੀ ਦੁਨੀਆ ਤੇ ਪਾਤੀ ਜੇ ਇਹਦਾ ਕੋਈ ਜਵਾਬਕ ਹੋਵੇ ਇਹਨੂੰ ਕਹੇ ਇਹਨੂੰ ਫਿਕਰ ਪਾਵੇ ਫੇਰ ਹੀ ਆਪਣੀ ਗੱਲ ਸੁਣੇ ਜਰੂਰ ਇਹਦੇ ਕੋਲ ਕੋਈ ਮਾਗਰ ਮੂਰੇ ਤਾਂ ਹੈ ਹੀ ਨਹੀਂਗਾ ਤੇ ਆਪਣੀ ਗੱਲ ਇਹ ਕਿਵੇਂ ਸੁਣੇ ਤੇ ਸੁਣਨ ਨੂੰ ਆਪਣੀ ਗੱਲ ਹਜੇ ਤਿਆਰ ਨਹੀਂ ਆਪੇ ਘਰੇ ਤਾਂ ਕਿਆ ਮੂੰਗਾਈ ਕਦੇ ਤਾਂ ਕੋਈ ਕਹੂਗਾ ਹੀ ਇਹਨੂੰ ਮੂਰਲਾ ਕੋਈ ਵੀ ਪਾਈ ਤੂੰ ਇਹਨਾਂ ਦੁਨੀਆ ਕਿਉਂ ਤੇ ਪਾਈ ਆ ਲੱਗਦਾ ਬੇਬੇ ਫਿਰ ਜਿਸ ਤਰ੍ਹਾਂ ਤੁਸੀਂ ਸੰਘਰਸ਼ ਕਰ ਰਹੇ ਹੋ ਮੈਂ ਮਨਾ ਲੂੰਗਾ ਇਹਨੂੰ ਆਪੇ ਮੰਨੂਗਾ ਕਰੇ ਤਾਂ ਮੰਨੂ ਗਈ ਹਾਰ ਕਰੇ ਤਾਂ ਮੰਨਣੀ ਪੈਂਦੀ ਹੁੰਦੀ ਹੈ ਜਿਹਨ ਹੁਣ ਆਪਾਂ ਚੁੱਪਚਾਪ ਬੈਠੇ ਹੁੰਨੇ ਆ ਆਪਣੀ ਚੁੱਪਚਾਪ ਕਰੇ ਤਾਂ ਉੱਗੂਗੀ ਗੁਰੂ ਨਾਨਕ ਬਾਬੇ ਨੇ ਕੋਈ ਕਿਸੇ ਨਾਲ ਉਹ ਨਹੀਂ ਸੀ ਕੀਤਾ ਉਹਦੇ ਨਾਲ ਇਹਨਾਂ ਧੋਖਾ ਕਰਦੇ ਰਹੇ ਆਪ ਵੀ ਹਾਰੇ ਕਿ ਨਾ ਹਾਰੇ ਇਹ ਕਰੇ ਤਾਂ ਹਾਰੂ ਗਈ ਤੁਸੀਂ ਦੇਖਿਆ ਜਿਹੜਾ ਤਿੱਖੀ ਜਿਹੜੀ ਇੰਤਜ਼ਾ ਤ ਸਤਾਵ ਨਹੀਂ ਦਿੱਤੀ ਆਗੀ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਕਿ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ ਕਿ ਹਰ ਵਿਅਕਤੀ ਨੂੰ ਖੁਸ਼ਹਾਲ ਕੀਤਾ ਜਾਊ ਪਰ ਖੁਸ਼ਹਾਲ ਨਹੀਂ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਬਾਕੀ ਜਿਹੜੇ ਰਾਜਾਂ ਦੇ ਲੋਕ ਵੀ ਸੜਕਾਂ ਤੇ ਇਸ ਖੇਤੀ ਕਾਨੂੰਨ ਦੇ ਖਿਲਾਫ ਉਤਰ ਲਈ ਮਜਬੂਰ ਹੋ ਚੁੱਕੇ ਨੇ ਠੰਡ ਦੇ ਵਿੱਚ ਜਿਹੜੇ ਮਰ ਰਹੇ ਨੇ ਕਈ ਪਰਿਵਾਰਾਂ ਦੇ ਜਿਹੜੇ ਇਸ ਖੇਤੀ ਕਾਨੂੰਨ ਦੇ ਕਾਰਨ ਚਿਰਾਗ ਬੁੱਝ ਸਕੇ ਨੇ ਲੋੜਾ ਸਰਕਾਰ ਨੂੰ ਧਿਆਨ ਦੇਣ ਦੀ ਤਾਂ ਕਿ ਕਿਸਾਨਾਂ ਦਾ ਚੱਲ ਰਿਹਾ ਹੈ ਅੰਦੋਲਨ ਰੋਕਿਆ ਜਾ ਸਕੇ ਤੇ ਕਿਸਾਨਾਂ ਨੂੰ ਖੁਸ਼ਹਾਲ ਕੀਤਾ ਜਾ ਸਕੇ ਅਮਰਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਟਿੱਕਰੀ ਦਿੱਲੀ